श्रीकाल जी, जिवें कि हुण पंजाब दे विच आपां देख रहे हां पिछले दो तीन दिनों तो एक मुद्दा काफ़ी ज़्यादा भख रहा कि किदां लोगों दी परसनल मूवमेंट जो कही उन्हां दे वीडियो लीक हो रही ने तो उन्होंने पिछले की कारण ने। सानू भी कई मैसेज ते मेल आ रहे हैं कि तुसीं इस दे बारे दसो। पहली तो इदां दी गल है कि जेकर तुसीं इदां दी कोई मूवमेंट कैप्चर करदे हो अपनी जिंदगी दे, तुहाडी कोई परसनल मूवमेंट ने तुसीं उहनां नूं कैप्चर करदे हो तां तुसीं उहनां नूं कोई भी इदां दी डिवाइस दे विच ना रखो जिहदे विच इंटरनेट चल रहा हुंदा जां जिहदे विच इंटरनेट दी इंटरनेट दी एक्सेस हुंदी आ। तुसीं कोई भी इदां दी अपनी वीडियो होगी, तुहाडी फोटो होगी, उस चीज़ दे विच ना रखो, क्योंकि जाने अनजाने दे विच जदों भी असीं कोई नवीं ऐप इंस्टॉल करदे हां तां उह जदों असीं ऐप इंस्टॉल करदे हां तां उह साडे तों साडी गैलरी दी एक्सेस भी लै लैंदी आ। ਅਸੀਂ ਕਈ ਤੁਸੀਂ ਇੱਦਾਂ ਦੀ ਐਪ ਦੇਖੀ ਹੋਏ ਕਿ ਜਦੋਂ ਆਪਾਂ ਉਹਨਾਂ ਨੂੰ ਇੰਸਟਾਲ ਕਰਦੇ ਹਾਂ ਉਹਦੇ ਵਿੱਚ ਆਪਸ਼ਨ ਆਉਂਦੀ ਆ ਕਿ ਅਸੀਂ ਤੁਹਾਡੀ ਫੋਟੋਆਂ ਅਤੇ ਵੀਡੀਓ ਨੂੰ ਐਕਸੈਸ ਕਰ ਸਕਦੇ ਹਾਂ ਅਤੇ ਆਪਾਂ ਐਕਸੈਪਟ ਐਕਸੈਪਟ ਕਰ ਕਰਕੇ ਅੱਗੇ ਨਿਕਲਦੇ ਜਾਂਦੇ ਹਾਂ ਅਤੇ ਤੁਹਾਡੀ ਜਿਹੜਾ ਇੱਦਾਂ ਦਾ ਡਾਟਾ ਹੁੰਦਾ ਉਹ ਕੰਪਨੀਆਂ ਚੱਕ ਲੈਂਦੀਆਂ ਨੇ ਅਤੇ ਤੁਸੀਂ ਉਹਨਾਂ ਨੂੰ ਖੁਦ ਪਰਮਿਸ਼ਨ ਦਿੱਤੀ ਹੁੰਦੀ ਆ, ਠੀਕ ਹੈ ਜੀ, ਅਤੇ ਉਹਦੇ ਵਿੱਚ ਵੀ ਕੋਈ ਉਹਨਾਂ 'ਤੇ ਕੋਈ ਐਕਸ਼ਨ ਨਹੀਂ ਆ ਸਕਦਾ ਅਤੇ ਨਾ ਹੀ ਤੁਹਾਨੂੰ ਪਤਾ ਲੱਗਣਾ ਕਿ ਤੁਹਾਡਾ ਡਾਟਾ ਲੀਕ ਕਿੱਦਾਂ ਹੋਇਆ ਵਾ, ਕਿਉਂਕਿ ਤੁਹਾਡੇ ਕੋਲ ਵੀ ਕੋਈ ਪ੍ਰੂਫ ਨਹੀਂ ਹੋਣਾ। ਸੋ ਕੋਈ ਵੀ ਜੇਕਰ ਤੁਹਾਡਾ ਇੱਦਾਂ ਦੀ ਪਰਸਨਲ ਮੂਵਮੈਂਟ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਉਹਨੂੰ ਕਦੇ ਵੀ ਆਪਣੇ ਇੱਦਾਂ ਦੀ ਡਿਵਾਈਸ ਦੇ ਵਿੱਚ ਨਾ ਰੱਖੋ, ਇੱਦਾਂ ਦੀ ਕਿਸੇ ਵੀ ਚੀਜ਼ ਦੇ ਵਿੱਚ ਨਾ ਰੱਖੋ ਜਿਹਦੇ ਵਿੱਚ ਇੰਟਰਨੈਟ ਚੱਲਦਾ, ਇੰਟਰਨੈਟ ਐਕਸੈਸ ਹੁੰਦਾ। ਸੋ ਇੱਕ ਇਹ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਆ ਅਤੇ ਨਾ ਕਰੋ ਕਿ ਇਹਨੂੰ ਫਿਊਚਰ ਜੇਕਰ ਕਿਸੇ ਨਾਲ ਕਿ ਇੱਦਾਂ ਕੁਛ ਹੋ ਜਾਂਦਾ ਕਿ ਉਹਨਾਂ ਦਾ ਕੋਈ ਪਰਸਨਲ ਡਾਟਾ ਲੀਕ ਹੋ ਜਾਂਦਾ ਤਾਂ ਉਸਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਸਾਈਬਰ ਸੈੱਲ ਨੂੰ ਕੰਪਲੇਂਟ ਕਰੋ, ਜਾ ਕੇ ਸਾਈਬਰ ਸੈੱਲ ਨੂੰ ਕੰਪਲੇਂਟ ਕਰੋ ਕਿ ਬਹੁਤ ਜ਼ਿਆਦਾ ਹੱਦ ਤੱਕ ਉਹ ਤੁਹਾਡੀ ਉਸ ਚੀਜ਼ ਨੂੰ ਰਿਕਵਰ ਕਰ ਲੈਣਗੇ। ਰਿਕਵਰ ਮਤਲਬ ਕਿ ਉਹਨੂੰ ਤੇ ਰੋਕ ਲਾ ਦੇਣਗੇ, ਉਹ ਇੰਨੀ ਜ਼ਿਆਦਾ ਵਾਇਰਲ ਹੋਣ ਤੋਂ ਬਚ ਜਾਵੇਗੀ। ਅਤੇ ਜੇਕਰ ਤੁਹਾਡੇ ਕੋਲ ਵੀ ਇੱਦਾਂ ਦੀ ਕੋਈ ਵੀਡੀਓ ਆਉਂਦੀ ਆ ਤਾਂ ਉਸਨੂੰ ਭੁੱਲ ਕੇ ਸ਼ੇਅਰ ਨਾ ਕਰਿਓ, ਕਿਉਂਕਿ ਜੇਕਰ ਤੁਸੀਂ ਸ਼ੇਅਰ ਕਰਦੇ ਹੋ ਤਾਂ ਕਾਨੂੰਨ ਦੇ ਹਿਸਾਬ ਦੇ ਨਾਲ ਤੁਸੀਂ ਵੀ ਕਿਤੇ ਨਾ ਕਿਤੇ ਦੋਸ਼ੀ ਹੋਵੋਗੇ ਉਸ ਚੀਜ਼ ਦੇ ਅਤੇ ਤੁਹਾਡੇ ਉੱਪਰ ਵੀ ਕਾਰਵਾਈ ਹੋਵੇਗੀ। ਅਤੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਸਾਡੀਆਂ ਆਈਡੀਆਂ ਨਕਲੀ ਨੇ ਜੀ, ਜਾਂ ਅਸੀਂ ਤਾਂ ਬਿਨਾਂ ਪਰੂਫ ਤੋਂ ਨੰਬਰ ਲਏ ਹੋਏ ਨੇ ਤਾਂ ਅਸੀਂ ਤਾਂ ਫੜੇ ਨਹੀਂ ਜਾ ਸਕਦੇ। ਇਹ ਇੱਕ ਬਹੁਤ ਵੱਡੀ ਬੇਵਕੂਫੀ ਹੁੰਦੀ ਆ। ਕਿਸੇ ਵੀ ਤੁਸੀਂ ਕੋਈ ਉੱਦਾਂ ਦਾ ਕਮੈਂਟ ਕਰਦੇ ਹੋ, ਚਾਹੇ ਤੁਸੀਂ ਨਕਲੀ ਆਈਡੀ ਤੋਂ ਕਰਦੇ ਹੋ, ਚਾਹੇ ਤੁਸੀਂ ਫੇਕ ਆਈਡੀ ਤੋਂ ਕਰਦੇ ਹੋ, ਤੁਸੀਂ ਕਿਸੇ ਡਿਵਾਈਸ ਦੇ ਵਿੱਚੋਂ ਤਾਂ ਕਰ ਰਹੇ ਹੋ ਨਾ, ਚਾਹੇ ਮੋਬਾਈਲ ਹੋਵੇ ਜਾਂ ਲੈਪਟਾਪ ਹੋਵੇ ਜਾਂ ਟੈਬ ਹੋਵੇ ਜਾਂ ਕੁਛ ਵੀ ਟੈਬਲੇਟ ਹੋ ਵਗੈਰਾ ਹੋਵੇ, ਉਸ ਚੀਜ਼ ਦਾ ਇੱਕ EIMEI ਨੰਬਰ ਹੁੰਦਾ। ਜੇਕਰ ਕੋਈ ਵੀ ਚਾਹਵੇ ਤਾਂ ਉਹ ਵਿਦਿਨ ਸੈਕਿੰਡ ਦੇ ਵਿੱਚ ਤੁਹਾਡਾ ਸਾਰਾ ਡਾਟਾ ਨਿਕਲ ਕੇ ਆ ਸਕਦਾ ਕਿ ਤੁਸੀਂ ਕਿਹੜੀ ਜਗ੍ਹਾ 'ਤੇ ਬੈਠ ਕੇ ਕਮੈਂਟ ਕੀਤਾ, ਕਿਹੜੇ ਨੈਟਵਰਕ ਦੇ ਥਰੂ ਕੀਤਾ ਅਤੇ ਤੁਸੀਂ ਤੁਹਾਡੀ ਲੋਕੇਸ਼ਨ ਕੀ ਆ, ਚਾਹੇ ਤੁਸੀਂ ਡੁਪਲੀਕੇਟ ਆਈਡੀ ਬਣਾਈ ਆ, ਚਾਹੇ ਤੁਸੀਂ ਕੋਈ ਵੀ ਆਈਡੀ ਬਣਾਈ ਆ, ਚਾਹੇ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ, ਵਿਦਿਨ ਸੈਕਿੰਡ ਦੇ ਵਿੱਚ ਤੁਹਾਡਾ ਸਾਰਾ ਡਾਟਾ ਨਿਕਲ ਕੇ ਆ ਸਕਦਾ। ਸਿਰਫ ਉਹ ਆਦਮੀ ਨੇ ਦਰਖਾਸਤ ਦੇਣੀ ਆ ਤੁਹਾਡੇ ਉੱਤੇ ਵੀ ਜੇ ਤੁਸੀਂ ਕੋਈ ਉੱਦਾਂ ਦਾ ਕਮੈਂਟ ਕਰਦੇ ਹੋ, ਕੁਛ ਵੀ ਕਰਦੇ ਹੋ, ਕਦੇ ਭੁੱਲ ਕੇ ਇੱਦਾਂ ਦੀ ਕੋਈ ਕਮੈਂਟ ਨਾ ਕਰਿਆ ਕਰੋ। ਕਿਸੇ ਵੀ ਚਾਹੇ ਕੋਈ ਵੀ ਪੋਸਟ ਆ, ABCD ਕੁਛ ਵੀ ਆ ਰਹੀ ਆ, ਜੇ ਤੁਹਾਡੇ 'ਤੇ ਕੋਈ ਚਾਹਵੇ ਤਾਂ ਕਾਰਵਾਈ ਕਰ ਸਕਦਾ ਵਾ। ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ। ਇਹ ਨਾ ਸੋਚਿਆ ਕਰੋ ਕਿ ਮੈਂ ਸੱਤ ਸਮੁੰਦਰੋਂ ਪਾਰ ਬੈਠਾ ਵਾਂ, ਮੇਰਾ ਕੋਈ ਕੀ ਕਰ ਲਏਗਾ, ਕੁਛ ਨਹੀਂ ਹੋ ਸਕੇਗਾ। ਜਾਂ ਇੱਦਾਂ ਜਿਹੜੇ ਓਵਰਸੀਜ਼ ਇੰਡੀਅਨ ਹੁੰਦੇ ਨੇ ਜਾਂ ਇੰਡੀਆ ਤੋਂ ਬਾਹਰ ਰਹਿੰਦੇ ਨੇ, ਉਹਨਾਂ ਦੇ ਉੱਤੇ ਤਾਂ ਹੋਰ ਸਖਤੀ ਦੇ ਨਾਲ ਐਕਸ਼ਨ ਆਉਂਦਾ ਜੇ ਕੋਈ ਇੰਡੀਆ ਦੇ ਵਿੱਚ ਉਹਨਾਂ ਦੇ ਖਿਲਾਫ ਕਰਦਾ, ਕੰਪਲੇਂਟ ਕਰਦਾ ਜਾਂ ਕੁਛ ਵੀ ਕਰਦਾ ਵਾ। ਤਾਂ ਥੋੜ੍ਹਾ ਜਿਹਾ ਇਹ ਚੀਜ਼ ਦਾ ਧਿਆਨ ਰੱਖੋ ਕਿ ਕਿਸੇ ਕੋਲ ਵੀ ਜੇਕਰ ਕੋਈ ਇੱਦਾਂ ਦੀ ਕੋਈ ਵੀਡੀਓ ਵਾਇਰਲ ਹੋ ਕੇ ਆਉਂਦੀ ਆ, ਇੱਕ ਆਪਣਾ ਇਨਸਾਨੀਅਤ ਦੇ ਆਧਾਰ 'ਤੇ ਵੀ ਅਤੇ ਇੱਕ ਆਪਣੇ ਸੇਫ ਰੱਖਣ ਦੇ ਲਈ ਵੀ ਅੱਗੇ ਉਸ ਵੀਡੀਓ ਨੂੰ ਕਦੇ ਵੀ ਸ਼ੇਅਰ ਨਾ ਕਰੋ ਜੇ ਤੁਹਾਡੇ ਕੋਲ ਆਉਂਦੀ ਵੀ ਹੈ। ਕਿਤੇ ਨਾ ਕਿਤੇ ਤੁਸੀਂ ਵੀ ਕਾਨੂੰਨ ਦੇ ਵਿੱਚ ਉਸ ਚੀਜ਼ ਦੇ ਭਾਗੀਦਾਰ ਬਣ ਜਾਂਦੇ ਹੋ, ਉਹ ਅਪਰਾਧ ਦੇ। ਇੱਕ ਤੁਸੀਂ ਜਦੋਂ ਕਿਸੇ ਪੈਟਰੋਲ ਪੰਪ 'ਤੇ ਜਾਂਦੇ ਹੋ, ਕਿਸੇ ਮੋਲ ਦੇ ਵਿੱਚ ਜਾਂਦੇ ਹੋ, ਤਾਂ ਤੁਹਾਡੇ ਤੋਂ ਕਈ ਜਗ੍ਹਾ 'ਤੇ ਕੂਪਨ ਭਰਵਾਏ ਜਾਂਦੇ ਨੇ, ਉਹਦੇ ਵਿੱਚ ਤੁਹਾਡਾ ਮੋਬਾਈਲ ਨੰਬਰ, ਈਮੇਲ ਆਈਡੀ, ਐਡਰੈਸ ਭਰਾਇਆ ਜਾਂਦਾ ਅਤੇ ਭਰਾਇਆ ਜਾਂਦਾ ਅਤੇ ਉਸ ਦੇ ਵਿੱਚ ਕਿਹਾ ਜਾਂਦਾ ਤੁਹਾਨੂੰ ਕਿ ਇਹ ਤੁਹਾਨੂੰ ਅਸੀਂ ਕੂਪਨ ਕੱਢਾਂਗੇ ਜੀ, ਤੁਹਾਨੂੰ ਮੇਲ ਆਊਗੀ ਜਾਂ ਫੋਨ ਨੰਬਰ 'ਤੇ ਤੁਹਾਨੂੰ ਕਾਲ ਕਰਾਂਗੇ ਅਤੇ ਤੁਹਾਨੂੰ ਇੱਕ ਇਨਾਮ ਮਿਲੇਗਾ। ਕਦੇ ਵੀ ਇਹੋ ਜਿਹਾ ਕੁਛ ਨਾ ਕਰੋ, ਇਹ ਸਾਰਾ ਕੁਛ ਫਰੋਡ ਹੁੰਦਾ ਵਾ। ਮੋਸਟਲੀ ਇਹ ਮੋਲ ਦੇ ਵਿੱਚ ਜਾਂ ਪੈਟਰੋਲ ਪੰਪ 'ਤੇ ਇੱਦਾਂ ਦੀਆਂ ਚੀਜ਼ਾਂ ਕਰੀਆਂ ਜਾਂਦੀਆਂ ਨੇ। ਉਹ ਤੁਹਾਡਾ ਸਿਰਫ ਉਹਨਾਂ ਦਾ ਮਕਸਦ ਹੁੰਦਾ ਤੁਹਾਡਾ ਰਿਕਾਰਡ ਲੈਣਾ, ਠੀਕ ਹੈ, ਤੁਹਾਡਾ ਮੋਬਾਈਲ ਨੰਬਰ ਲੈਣਾ, ਈਮੇਲ ਆਈਡੀ ਲੈਣੀ, ਤੁਹਾਡਾ ਪਤਾ ਲੈਣਾ ਅਤੇ ਤੁਹਾਡਾ ਇਹੀ ਰਿਕਾਰਡ ਅੱਗੇ ਲੱਖਾਂ ਰੁਪਈਆਂ ਦੇ ਵਿੱਚ ਕੰਪਨੀਆਂ ਨੂੰ ਵੇਚਿਆ ਜਾਂਦਾ ਅਤੇ ਜਿੱਥੋਂ ਤੁਹਾਨੂੰ ਮੇਲ ਆਉਂਦੀਆਂ ਨੇ, ਫਿਰ ਫੋਨ ਆਉਂਦੇ ਨੇ, ਇੰਸ਼ੋਰੈਂਸ ਦੇ ਆ ਗਏ ਜਾਂ ਹੋਰ ਚੀਜ਼ਾਂ ਵੇਚਣ ਬਚਾਉਣ ਦੇ ਆ ਗਏ। ਆਪਾਂ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿ ਜਦੋਂ ਵੀ ਤੁਸੀਂ ਕਿਸੇ ਚੀਜ਼ ਨੂੰ ਲੈਣ ਬਾਰੇ ਸੋਚ ਰਹੇ ਹੋ, ਮੰਨ ਲਓ ਤੁਸੀਂ ਕੋਈ ਬੂਟ ਖਰੀਦਣੇ ਜਾਂ ਫੋਨ ਖਰੀਦਣਾ ਵਾ, ਤਾਂ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿ ਤੁਹਾਨੂੰ ਯੂਟਿਊਬ ਦੇ ਉੱਪਰ, ਫੇਸਬੁੱਕ ਦੇ ਉੱਪਰ ਜਦੋਂ ਵੀ ਤੁਸੀਂ ਫੋਨ ਚਲਾਉਂਦੇ ਆ ਤਾਂ ਤੁਹਾਨੂੰ ਉਹੀ ਚੀਜ਼ ਦੀਆਂ ਮਸ਼ਹੂਰੀਆਂ ਆਉਣ ਲੱਗ ਜਾਣਗੀਆਂ ਜਿਹੜੀ ਚੀਜ਼ ਬਾਰੇ ਤੁਸੀਂ ਲੈਣ ਦਾ, ਜਿਹੜੀ ਚੀਜ਼ ਨੂੰ ਸੋਚ ਰਹੇ ਹੋ। ਉਹਦਾ ਕਾਰਨ ਇਹ ਹੁੰਦਾ ਕਿ ਜਦੋਂ ਤੁਸੀਂ ਆਪਣੇ ਕਿਸੇ ਦੋਸਤ ਨਾਲ ਗੱਲ ਕਰਦੇ ਹੋ ਕਿ ਮੈਂ ਬੂਟ ਲੈਣ ਬਾਰੇ ਸੋਚ ਰਿਹਾ, ਮੈਂ ਕਾਰ ਲੈਣ ਬਾਰੇ ਸੋਚ ਰਿਹਾ, ਮੈਂ ਨਵਾਂ ਫੋਨ ਲੈਣ ਬਾਰੇ ਸੋਚ ਰਿਹਾ, ਤਾਂ ਤੁਹਾਡੇ ਫੋਨ ਦਾ ਜਿਹੜਾ ਸਪੀਕਰ ਹੁੰਦਾ ਜੀ, ਇਹਦੇ ਵਿੱਚ ਇਹਨੂੰ ਆਪਾਂ ਕਈ ਵਾਰ ਜਦੋਂ ਆਪਾਂ ਕਈ ਐਪ ਇੰਸਟਾਲ ਕਰਦੇ ਹਾਂ ਤਾਂ ਇਹਨੂੰ ਐਕਸੈਸ ਦਿੰਦੇ ਹਾਂ ਕਿ ਸਾਡੀ ਆਵਾਜ਼ ਕੋਈ ਕਦੇ ਵੀ ਸੁਣ ਸਕਦਾ ਵਾ, ਅਤੇ ਜਦੋਂ ਅਸੀਂ ਬੋਲਦੇ ਹਾਂ ਤਾਂ ਉਹਦੇ ਵਿੱਚ ਫਿਲਟਰ ਲੱਗੇ ਹੁੰਦੇ ਨੇ, ਉਹ ਸਾਡੀ ਆਵਾਜ਼ ਫੜਦੇ ਨੇ,
ਵੀ ਅਸੀਂ ਕਿਹੜੇ ਟੋਪਿਕ 'ਤੇ ਟੋਪਿਕ 'ਤੇ ਗੱਲ ਕਰ ਰਹੇ ਹਾਂ ਅਤੇ ਉਹੀ ਟੋਪਿਕ ਦੀਆਂ ਫਿਰ ਜਦੋਂ ਤੁਸੀਂ ਬੂਟਾਂ ਦੀ ਗੱਲ ਵਾਰ ਵਾਰ ਕਰੋਗੇ ਤਾਂ ਤੁਹਾਨੂੰ ਬੂਟਾਂ ਦੀਆਂ ਐਡ ਆਉਣਗੀਆਂ। ਫੋਨ ਦੀ ਗੱਲ ਕਰੋਗੇ ਤਾਂ ਵਾਰ ਵਾਰ ਤੁਹਾਡੇ ਫੋਨ ਦੇ ਵਿੱਚ ਫੋਨ ਦੀ ਐਡ ਆਵੇਗੀ। ਅਸੀਂ ਤੁਹਾਡਾ ਜਿਹੜਾ ਫੋਨ ਹੈ ਇਹ ਇੱਕ ਤੁਰਿਆ ਫਿਰਦਾ ਬੰਬ ਆ, ਇਹਦੇ ਵਿੱਚ ਤੁਸੀਂ ਪਤਾ ਹੀ ਨਹੀਂ ਤੁਹਾਡੀ ਕੋਈ ਵੀ ਚੀਜ਼ ਸੇਫ ਨਹੀਂ। ਅਤੇ ਇਹਦੇ ਜਿੱਦਾਂ ਹੋ ਸਕੇ ਆਪਣੀ ਮੂਵਮੈਂਟ ਹੋ ਗਈਆਂ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਹ ਜਿਹੀ ਕੋਈ ਚੀਜ਼ ਇਹਦੇ ਵਿੱਚ ਨਾ ਰੱਖੋ, ਕੋਈ ਉੱਦਾਂ ਦੀ ਗੱਲ ਇਹਦੇ ਕੋਲ ਨਾ ਕਰੋ। ਅਤੇ ਜਦੋਂ ਤੁਹਾਡੇ ਫੋਨ ਦਾ ਡਾਟਾ ਔਨ ਆ, ਤੁਸੀਂ ਕੋਈ ਵੀ ਆਪਦੀ ਗੱਲ ਕਰ ਰਹੇ ਹੋ ਕਿਸੇ ਦੇ ਨਾਲ, ਤੁਹਾਡਾ ਫੋਨ ਸਾਈਡ 'ਤੇ ਪਿਆ ਵਾ, ਤੁਸੀਂ ਨੋਰਮਲ ਆਪਦੇ ਸਾਈਡ 'ਤੇ ਬੈਠੇ ਕਿਸ ਤਰ੍ਹਾਂ ਗੱਲ ਕਰ ਰਹੇ ਹੋ, ਤੁਹਾਡੇ ਫੋਨ ਦੀ ਤੁਹਾਡੀ ਇਕੱਲੀ ਇਕੱਲੀ ਗੱਲ ਤੁਹਾਡਾ ਫੋਨ ਸੁਣ ਰਿਹਾ ਵਾ, ਇਕੱਲੀ ਇਕੱਲੀ ਗੱਲ ਨੂੰ ਨੋਟ ਕਰ ਰਿਹਾ, ਸਰਵਰ ਦੇ ਵਿੱਚ ਵੀ ਤੁਹਾਡੀ ਗੱਲ ਨਿਕਲ ਰਹੀ ਆ, ਤੁਸੀਂ ਕਿਹੜੇ ਟੋਪਿਕ 'ਤੇ ਗੱਲ ਕਰ ਰਹੇ ਹੋ, ਕਿਵੇਂ ਕਰ ਰਹੇ ਹੋ। ਤੁਹਾਡਾ ਕੈਮਰਾ ਤੱਕ ਐਕਸੈਸ ਕਰ ਸਕਦਾ ਫੋਨ, ਜਦੋਂ ਤੁਹਾਡਾ ਫੋਨ ਸਾਈਡ 'ਤੇ ਪਿਆ ਉਹਦਾ ਮੋਬਾਈਲ ਡਾਟਾ ਔਨ ਆ, ਤੁਹਾਡਾ ਕੈਮਰਾ ਤੱਕ ਚਲਾ ਸਕਦੀਆਂ ਨੇ ਕੰਪਨੀਆਂ, ਤੁਹਾਨੂੰ ਬਿਨਾਂ ਦੱਸੇ ਤੁਹਾਨੂੰ ਬਿਨਾਂ ਪਤੇ ਤੋਂ ਪਤਾ ਲੱਗੇ ਤੁਹਾਡੇ ਸਾਰੇ ਕੈਮਰਿਆਂ ਨੂੰ ਯੂਜ਼ ਕਰ ਸਕਦੀਆਂ, ਤੁਸੀਂ ਕੀ ਕਰ ਰਹੇ ਹੋ, ਤੁਹਾਡਾ ਫੋਨ ਕਿੱਥੇ ਪਿਆ, ਸਾਰਾ ਕੁਝ ਦੇਖ ਸਕਦੀਆਂ, ਤੁਹਾਡੇ ਫੋਨ ਦੀ ਇਕੱਲੀ ਇਕੱਲੀ ਗੱਲ ਸੁਣ ਸਕਦੀਆਂ ਸਾਈਡ 'ਤੇ ਪਏ ਫੋਨ ਦੀ। ਸੋ ਇਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਅਵੋਇਡ ਕਰਿਆ ਕਰੋ, ਜਿੱਥੇ ਨਹੀਂ ਲੋੜ ਹੁੰਦੀ ਉੱਥੇ ਮੋਬਾਈਲ ਡਾਟਾ ਨੂੰ ਔਫ ਕਰ ਦਿਆ ਕਰੋ। ਸੋ ਇਹ ਕੁਝ ਬੇਸਿਕ ਜਾਣਕਾਰੀਆਂ ਸੀ ਜੋ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਦਾ, ਕਿਉਂਕਿ ਹੁਣ ਕਾਫ਼ੀ ਜ਼ਿਆਦਾ ਮਾਹੌਲ ਉੱਦਾਂ ਦਾ ਬਣ ਚੁੱਕਿਆ ਵਾ, ਅਤੇ ਮੈਨੂੰ ਲੱਗਿਆ ਕਿ ਤੁਹਾਡੇ ਨਾਲ ਸ਼ੇਅਰ ਕਰਨੇ ਚਾਹੀਦੇ, ਤੁਹਾਨੂੰ ਵੀ ਪਤਾ ਲੱਗਣਾ ਚਾਹੀਦਾ। ਸੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ, ਸਾਡੇ ਯੂਟਿਊਬ 'ਤੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।